ਕਾਇਨਾਤ ਦਾ ਨਿਜ਼ਾਮ ਬਣਾਇਆ ਪਟਵਾਰ ਖਾਨਾ ਉਹਨਾਂ ਨੇ ਬਣਾਇਆ ਪੁਲਿਸ ਦੇ ਨਿਜ਼ਾਮ ਤੇ तमाम ਨਿਜ਼ਾਮ ਉਹਨਾਂ ਨੇ ਦੱਸਿਆ ਉਹ ਮੂੰਹ ਜਿਹੜਾਂ ਦੇ ਹੁੰਦੇ ਸਨ ਉਹਨਾਂ ਸਾਇੰਸ ਕੋਈ ਨਹੀਂ ਪੜੀ ਫਿਜ਼ਿਕ ਕੋਈ ਨਹੀਂ ਪੜੀ ਇਹ ਸਾਰੀਆਂ ਉਹਨਾਂ ਚੀਜ਼ਾਂ ਦੱਸੀਆਂ ਇਹ ਨਬੀ ਪਾਕ ਸੱਲਮ ਦੀ ਬਾਰਗਾਹ ਦੇ ਵਿੱਚ ਉਹਨਾਂ ਨੇ ਫੈਜ਼ ਹਾਸਲ ਕੀਤਾ ਇਸੇ ਤਰ੍ਹਾਂ ਹੁਣ ਵੀ ਨਬੀ ਪਾਕ ਸੱਲਮ ਦੀ ਫੈਜ਼ਾਨ ਜਿਹੜਾ ਹੈ ਜਾਰੀ ਹੈ ਉਹ ਸਾਰੀ ਹੈ ਕਿਉਂਕਿ ਆਪ ਮਤਲਬ ਹੈ ਕਿ ਉਹ ਫੈਜ਼ ਬਰਕਤ ਦਾ ਦਾਅ ਫਰਮਾ ਰਹੇ ਨੇ ਕਿਉਂਕਿ ਇਹਨਾਂ ਜ਼ਾਰੀ ਨਹੀਂ ਪੜਿਆ ਹੁੰਦਾ ਉਹ ਮਤਲਬ ਉਸਦਾ ਜਿਹੜਾ ਅਸਲ ਮਫਹੂਮ ਹੈ ਨਾ ਕੁਰਾਨ ਉਹ ਹੈ ਕੁਰਾਨ ਇਹ ਨਹੀਂ ਹੈ ਕਿ ਬਾਦਸ਼ਾਹ ਪੜ ਲਈਆਂ ਜਾਣ ਤੋਂ ਕੁਰਾਨ ਦਾ ਹੱਫ ਹੋ ਗਿਆ ਹੁਣ ਹਿਫਜ਼ ਕੀ ਬੜਿਆਂ ਲੋਕਾਂ ਨੇ ਕੀਤੀ ਹੈ ਲੇਕਿਨ ਉਹਨਾਂ ਦੀ ਜ਼ਿੰਦਗੀਆਂ ਨਹੀਂ ਮਤਲਬ ਹਿਫਜ਼ ਦੇ ਮੁਤਾਬਕ ਕਿਤਾਬਾਂ ਬਹੁਤ ਪੜੀਆਂ ਹਨ ਲੇਕਿਨ ਕਿਤਾਬਾਂ ਦੇ ਮੁਤਾਬਕ ਉਹਨਾਂ ਦੀ ਜ਼ਿੰਦਗੀ ਨਹੀਂ ਹੈ ਕਿਆ ਇਹਨਾਂ ਕਿਸ ਨੂੰ ਕਹਿੰਦੇ ਨੇ ਇਲਾਮਾ ਇਕਬਾਲ ਨੇ ਇੱਕ ਨੁਕਤਾ ਫਰਮਾਇਆ ਉਹਨਾਂ ਫਰਮਾਇਆ ਇਲਮ ਉਹ ਹਕਮਤ ਅਜ ਕੁਤਬ ਦੀ ਅਜ ਨਜ਼ਰ ਕਿਤਾਬਾਂ ਦੇ ਵਿੱਚ ਹਕਮਤ ਹੈ ਇਲਮ ਹੈ ਲੇਕਿਨ ਦੀਨ ਨਹੀਂ ਦੀ ਅਜ ਨਜ਼ਰ ਕਾਲਰਾ ਮਲਰੂਮ ਅਮਤਲਾ ਫਰਮਾਇਆ ਕਾਲਰਾ ਬਾਗੁਜ਼ਰ ਮਰਦੇ ਹਾਲ ਸੋ ਪਿਸ ਮਰਦੇ ਕਾਮਲੇ ਬਾਮਾਰ ਸੋ ਅਗਰ ਇਲਮ ਨੂੰ ਹਾਲ ਚਾਹੀਦਾ ਦਰੁਸਤਗੀ ਚਾਹੀਦੀ ਹੈ ਤੋ ਅੱਲਾਹ ਦੇ ਬੰਦਿਆਂ ਦੀ ਜੁੱਤੀਆਂ ਦੀ ਖੰਗ ਬਣ ਜਾਵੇ ਇਹ ਮਤਲਬ ਐਸੀ ਬਾਤ ਨਹੀਂ ਹੈ ਕਿ ਇਕਦਮ ਮਤਲਬ ਆਦਮੀ ਨੂੰ ਚੀਜ਼ਾਂ ਨੂੰ ਸਮਝ ਆ ਜਾਣ ਇਲਮ ਨੂੰ ਸਮਝਣਾ ਵੀ ਤਬਜੀਜ਼ ਹੁੰਦੀ ਹੈ ਨਾ ਤੁਸੀਂ ਆਪਣੇ ਮਤਲਬ ਹਿਸਾਬ ਸਿਰ ਇਲਮ ਨੂੰ ਸਮਝ ਰਹੇ ਹੋ ਇਲਮ ਜਿਹੜਾ ਵੈ ਉਸਦਾ ਅਸਲ ਮਫਹੂਮ ਜਿਹੜਾ ਵੈ ਉਹ ਕੁਛ ਹੋਰ ਹੈ ਜਿਹੜੇ ਅਸੀਂ ਲੋਕ ਸਮਝ ਬੈਠੇ ਹਾਂ ਕਿ ਵਾਜ਼ਾਂ ਕਰ ਰਹੇ ਹਾਂ ਤਕਰੀਰਾਂ ਕਰ ਰਹੇ ਹਾਂ ਹਾਂਜੀ ਇੱਕ ਬਜ਼ੁਰਗਾਂ ਦੇ ਕੋਲ ਸਾਡੇ ਕੋਲ ਬਾਗਲੀ ਸ਼ਰੀਫ ਹੈ ਉਹਦੇ ਬਜ਼ੁਰਗ ਪੜ੍ਹੇ ਨਹੀਂ ਸਨ ਸਾਰੀ ਇਲਮ ਉਹਨਾਂ ਕੇ ਇੱਕ ਮੌਲਵੀ ਸਾਹਿਬ ਗਏ ਕਹਿਣ ਲੱਗੇ ਜੀ ਠੀਕ ਕਿਤਾਬਾਂ ਕੋ ਨਾ ਪੜ੍ਹੇ ਤੁਹਾਡੇ ਕੋਲ ਕੋਈ ਮਸਲਾ ਪੁੱਛਿਆ ਤੁਸੀਂ ਕੀ ਕਰਦੇ ਹੋ ਫਿਰ ਮੈਂ ਤੁਹਾਡੇ ਮੌਲਵੀਆਂ ਕੋਲ ਪੁੱਛ ਲਈ ਦੇ ਮਸਲੇ ਉਹਨਾਂ ਫਿਰ ਤੁਸੀਂ ਮੌਲਵੀਆਂ ਦੇ ਮਤਾਜ ਹੋ ਜਾਓ ਆਪ ਨੇ ਫਿਰ ਮੈਂ ਤਾਂ ਮਤਾਜ ਹਾਂ ਮੌਲਵੀਆਂ ਦੇ ਤੇ ਤੂੰ ਉਹਨਾਂ ਕਿਹਾ ਮੈਂ ਤਾਂ ਬੜਾ ਆਦਮ ਹਾਂ ਬੜਾ ਫਾਜ਼ਿਲ ਹਾਂ ਆਪ ਨੇ ਫਰਮਾਇਆ ਮੈਨੂੰ ਇੱਕ ਗੱਲ ਦੱਸਿਆ ਝੂਠ ਨਾ ਮਾਰਿਆ ਅਗਰ ਤੂੰ ਝੂਠ ਮਾਰਿਆ ਤਾਂ ਮੈਂ ਹੀ ਕਹਿ ਸਕਦਾ ਪੜਿਆ ਕਿ ਮੈਂ ਦੱਸ ਦਿਆਂ ਝੂਠ ਹੈ ਆਪ ਨੇ ਮੈਂ ਤੇਰੀ ਬੀਵੀ ਨਮਾਜ਼ ਪੜ੍ਹਦੀ ਹੈ ਕੌਣ ਹੈ ਹੁਣ ਮੌਲਵੀ ਇਹਨਾਂ ਦੀ ਬੀਵੀ ਕੌਣ ਸੀ ਪੜ੍ਹਦੀ ਮਜਬੂਰ ਉਹਨਾਂ ਨੂੰ ਦੱਸਣਾ ਪਿਆ ਮੇਰੀ ਬੀਵੀ ਕੌਣ ਨਮਾਜ਼ ਪੜ੍ਹਦੀ ਮੈਂ ਇਹ ਤੇ ਰਹਿਣਾ ਮੈਂ ਕਿ ਆਖਾ ਤੇਰੀ ਬੀਵੀ ਵੀ ਨਹੀਂ ਲੱਗਦੀ ਤਾਂ ਮਾਂ ਨਾਲ ਬਾਸਾ ਕਰਨਾ ਆਪ ਮੈਂ ਮਾਂ ਅੱਗੇ ਆਪਣੀ ਯਾਦ ਰੱਖਦਾ ਨਾ ਉਹ ਸੱਤ ਨਮਾਜ਼ਾਂ ਪੜ੍ਹਦਾ ਪੜ੍ਹਦਾ ਸ਼ਰਾਬ ਵੀ ਪੜ੍ਹਦਾ ਮੌਲਵੀ ਸਾਹਿਬ ਪੈਰੀ ਰਹਿ ਮੈਂ ਨਹੀਂ ਜਾਓ ਆਪਣਾ ਕੰਮ ਕਰੋ ਇਸ ਵਾਸਤੇ ਕਿ ਹਰ ਜਗ੍ਹਾ ਵਿੱਚ ਛੇੜ ਛਾੜੀ ਨਹੀਂ ਕਰੀ ਨਹੀਂ ਹੋਣੀ ਆਪਣੇ ਕੰਮ ਕਰੇ ਇਹ ਦੇਖਦੇ ਵੇ ਇਲਮ ਦੇ ਬਗੈਰ ਹੀ ਲੋਕ ਰਾਗਬ ਹੋ ਰਹੇ ਨੇ ਇਹਨਾਂ ਲੋਕਾਂ ਨੂੰ ਕੋਈ ਚੀਜ਼ ਨਜ਼ਰ ਨਹੀਂ ਆਈ ਨੇ ਇਹਨਾਂ ਮੁਦਰਾਂ ਪਾਈਆਂ ਨੇ ਇਹ ਸਾਡੇ ਦੋਸਤ ਨੇ ਮੁਦਰਾਂ ਸਨ ਪਾਈਆਂ ਤਵੀਤਰਾਂ ਪਾਈਆਂ ਪਿੱਛੇ ਘਰੋਤੇ ਆ ਇਹ ਪਿੱਛੇ ਨਜ਼ਰ ਦੇਖੀਏ ਤੇ ਪੂਰਾ ਸਾਰਾ ਵਜੂਦ ਭਰਿਆ ਸੀ ਦਸ ਤੋਲੇ ਸੋਨਾ ਸੀ ਹਾਂਜੀ ਉਹ ਲਾਗ ਹੈ ਤੇ ਅੱਜ ਇਹ ਦਾੜੀ ਵੀ ਹੈ ਸੁਣਦਾ ਅੱਗੇ ਇਹਨਾਂ ਵਾਲ ਜਿਹੜੇ ਸਨ ਇਹ ਅੱਡ ਰੱਖੇ ਸਨ ਗੁੱਤਾਂ ਦੇ ਬਣੇ ਤੇ ਆਖਰ ਕੋਈ ਇਲਮ ਹੈ ਨਾ ਕਿ ਜਿਨ੍ਹਾਂ ਨੇ ਇਹਨਾਂ ਨੂੰ ਮਤਲਬ ਇਹਨਾਂ ਮਦਸਰ ਕੀਤਾ ਹੈ ਸੁਭਾਨ ਅੱਲਾਹ ਨਾਰਾਏ ਤਕਬੀਰ ਅੱਲਾਹੁ ਅਕਬਰ ਨਾਰਾਏ ਰਸਾਲਤ ਯਾ ਰਸੂਲ ਅੱਲਾਹ ਨਾਰਾਏ ਹਜ਼ੂਰ ਖਵਾਜਾ ਖਵਾਜਗਾਨ ਜ਼ਿੰਦਾਬਾਦ ਇਹਨਾਂ ਦੇ ਕੋਲ ਪੁੱਛ ਲਓ ਕਿ ਆਇਆ ਇਹ ਗੱਲ ਸਹੀ ਹੈ ਕਿ ਨਹੀਂ ਸਹੀ ਕੋਈ ਇਲਮ ਹੈ ਨਾ ਸਾਡੇ ਕੋਲ ਵੀ ਸੁਭਾਨ ਅੱਲਾਹ ਕੋਈ ਕਿਸੇ ਸੁਣਨੇ ਵਾਲੇ ਵਿੱਚ ਜਾਦੂ ਹੋਵਾਂਗੇ ਸੁਭਾਨ ਅੱਲਾਹ ਇਹ ਕੋਈ ਇਲਮ ਹੈ ਨਾ ਕਿ ਜਿਸ ਇਲਮ ਨੇ ਇਹਨਾਂ ਨੂੰ ਮਤਲਬ ਮਤਸਰ ਕੀਤਾ ਉਹ ਰਾਗਬ ਅੱਲਾਹ ਕਰ ਹੋ ਗਿਆ ਨਾ ਇਸ ਵਾਸੀ ਹੈ ਕਿ ਤੁਸੀਂ ਠੀਕ ਹੋ ਜਿੱਥੇ ਤੱਕ ਤੁਹਾਨੂੰ ਸਮਝ ਆਈ ਹੈ ਚਲਦੇ ਰਹੋ ਠੀਕ ਅਸੀਂ ਨਾ ਛੇੜ ਛਾੜ ਕਰਦੇ ਲੇਕਿਨ ਅਗਰ ਛੇੜ ਛਾੜ ਕਰਨੀ ਹੈ ਤਾਂ ਫਿਰ ਮੁਕੰਮਲ ਹੋ ਗਿਆ ਆਓ ਬਹੁ ਆਣ ਕੇ ਛੇੜੋ ਨਹੀਂ ਆਣ ਕੇ ਬੈਠੋ ਦੇਖੋ ਜੇ ਇਲਮ ਹੋਇਆ ਤਾਂ ਇਲਮ ਨਜ਼ਰ ਆ ਜਾਏਗਾ ਜੇ ਮਤਲਬ ਝੂਠ ਹੋਇਆ ਝੂਠ ਨਜ਼ਰ ਆ ਜਾਏਗਾ ਸੱਚ ਹੋਇਆ ਸੱਚ ਨਜ਼ਰ ਆ ਜਾਏਗਾ ਲੇਕਿਨ ਇੱਕ ਆਦਮੀ ਝੂਠ ਮਾਰ ਸਕਦਾ ਦੋ ਮਾਰ ਸਕਦਾ ਤ੍ਰੈ ਮਾਰ ਸਕਦਾ ਇਹ ਸਾਰੀ ਦੁਨੀਆ ਝੂਠ ਵੀ ਮਾਰਦੀ ਹੈ ਅੱਲਾ 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 ਨਬੀ ਪਾਸਲਮ ਦੀ ਸੁਨਤ ਮਿਲ ਜਾਣੀ ਹਾਂਜੀ ਸ਼ਰੀਅਤ ਮਿਲ ਜਾਣੀ ਨਮਾਜ਼ ਮਿਲ ਜਾਣੀ ਤਜਦ ਮਿਲ ਜਾਣੇ ਇਹ ਕਿਆ ਇਲਮ ਨਹੀਂ ਹੈ ਖੁਦਾ ਦੀ ਡਰਨਾ ਤਕਵਾ ਪਰਹੇਜ਼ਗਾਰੀ ਇਖਤਿਆਰ ਕਰਨੀ ਇਹ ਇਲਮ ਨਹੀਂ ਹੈ ਕਿਸੇ ਨੂੰ ਕਹਦੇ ਇਲਮ ਇਲਮ ਕਿਸ ਨੂੰ ਕਿਹਾ ਜਾਂਦਾ ਇਲਮ ਦੀ ਬਰਾਤ ਇਹ ਹੈ ਕਿ ਅੱਲਾਹ ਦੀ ਡਰਨਾ ਹੈ ਸੁਭਾਨ ਅੱਲਾਹ ਕਰਨਾ ਹੈ ਤੇ ਜੇ ਇਲਮ ਪੜ੍ਹ ਕੇ ਤਾਂ ਕਤਲ ਮਤਲਬ ਪਿਆ ਕਰੇ ਤਾਂ ਜ਼ੁਲਮ ਪਿਆ ਕਰੇ ਤਾਂ ਬਦਕਾਰੀਆਂ ਪਿਆ ਕਰੇ ਉਸ ਨੂੰ ਇਲਮ ਕਹਿੰਦੇ ਰਾਮਾ ਇਕਬਾਲ ਨੇ ਫਰਮਾਇਆ ਕਿ ਫਕੀਆ ਸ਼ਹਿਰ ਕਾਰੂ ਹੈ ਲੁਗਤ ਹੈ ਜਾਜੀ ਕਾ ਕਲੰਦਰ ਜੁਸਬ ਦੋ ਹਰਫ ਹੈ ਲਾ ਇਲਾ ਕੁਛ ਵੀ ਨਹੀਂ ਦੱਸਦਾ ਸੁਭਾਨ ਅੱਲਾਹ ਅੱਲਾਹ ਦੇ ਬੰਦੇ ਕੋਲ ਸਵਾਏ ਅੱਲਾਹ ਦੇ ਕੁਛ ਨਹੀਂ ਹੁੰਦਾ ਉਸ ਦਾ ਵਜੂਦ ਇਹਨਾਂ ਚੀਜ਼ਾਂ ਸਾਰੀ ਦੁਨੀਆ ਦੀ ਖਾਲੀ ਹੁੰਦਾ ਉਹਦੇ ਵਿੱਚ ਇਸ ਕੋ ਨਹੀਂ ਹੁੰਦੀ ਆਵਾਹ ਕੋ ਨਹੀਂ ਹੁੰਦੀ ਲਾਲਚ ਕੋ ਨਹੀਂ ਹੁੰਦੀ ਇਸ ਸਵਾਹ ਨੂੰ ਕਰਨਾ ਕੋਈ ਆਸਾਨ ਕੰਮ ਹੈ ਕੋਈ ਕੱਢ ਸਕਦਾ ਹੈ ਸਵਾਏ ਅੱਲਾਹ ਦੇ ਬੰਦੇ ਦੀ ਸਵਾਹ ਨੂੰ ਕੋਈ ਕਰ ਸਕਦਾ ਸੁਭਾਨ ਅੱਲਾਹ ਸੁਭਾਨ ਅੱਲਾਹ ਅਦਰ ਸੁਲਤਾਨ ਬਾਹੂ ਰਹਿਮਤੁਲਲਾਹ ਫਰਮਾਇਆ ਕਿ ਲੱਖ ਹਜ਼ਾਰ ਕਿਤਾਬਾਂ ਪੜੀਆਂ ਤੇ ਜ਼ਾਲਮ ਨਫਸ ਨਾ ਮਰਦਾ ਹੂ ਬਾਜ ਫਕੀਰਾਂ ਕਿਸ ਨੇ ਮਾਰੇ ਹਜ਼ਾਰਾਂ ਚੋਰਾਂ ਦਾ ਸੁਭਾਨ ਅੱਲਾਹ ਜੀਵੇ ਜੀਵੇ ਮੁਰਸ਼ਦ ਜੀਵੇ 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 ਮੁਰਸ਼ਦ ਜੀਵੇ 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 ਮੁਰਸ਼ਦ ਜੀਵੇ 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 ਮੁਰਸ਼ਦ ਜੀਵੇ ਖੁਸ਼ੀ ਹੈ ਸਾਡੇ ਕੋਲ ਆਇਆ ਅਸੀਂ ਨਹੀਂ ਬਹਿਸ ਨਹੀਂ ਕਰਨਾ ਚਾਹੁੰਦੇ ਬਹਿਸ ਅੱਛੀ ਚੀਜ਼ਾਂ ਨਹੀਂ ਆਉਂਦੀਆਂ ਦੇਖੋ ਜੀ ਅਸਾਂ ਕੋਈ ਕਿਸੇ ਦੇ ਬਾਰੇ ਬੁਰਾ ਭਲਾ ਨਹੀਂ ਕਿਹਾ ਤੁਹਾਡੇ ਸਾਹਮਣੇ ਬੈਠ ਰਹੇ ਹਾਂ ਆਪਣਾ ਪ੍ਰੋਗਰਾਮ ਕੀਤਾ ਅੱਲਾਹ ਕੀਤੀ ਹੈ
ਹੈ ਜੀ ਅੱਲਾ ਦੇ ਨੇਕ ਬੰਦਿਆਂ ਦਾ ਤਜ਼ਕਰਾ ਕੀਤਾ ਨੇਕ ਬੰਦਿਆਂ ਦਾ ਜ਼ਿਕਰ ਵੀ ਕਰਨਾ ਸਾਲੀਨ ਦਾ ਜ਼ਿਕਰ ਕਰਨਾ ਅੱਲਾ ਦੀ ਰਹਿਮਤ ਨਾਜ਼ਿਲ ਹੁੰਦੀ ਹੈ ਤੁਹਾਡੇ ਕਲਾਮ ਨੇ ਪੜਿਆ ਇਹ ਮਤਲਬ ਹੈ ਕਿ ਜਿਹੜੀ ਫਜ਼ਾਲੇ ਫਜ਼ਾਲੇ ਸੁਨਨਤ ਨਹੀਂ 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 ਫਜ਼ਾਲੇ ਮਤਲਬ ਹੈ ਤਬਰੀਗੀ ਜਮਾਤ ਦੀ ਹੈ ਤਬਰੀਗੀ ਨਿਸਾਬ ਦੀ ਮੈਂ ਉਹਦੇ ਫਜ਼ਾਲੇ ਜ਼ਿਕਰ ਪੜਿਆ ਫਜ਼ਾਲੇ ਦਰੂਸ ਵੀ ਪੜੇ ਨੇ ਹਾਂਜੀ ਔਰ ਉਹਨਾਂ ਦੇ ਵਿੱਚ ਉਹਨੇ ਜਿਹੜੀ ਗਿਆ ਕਿ ਸਾਲੀਨ ਦਾ ਜ਼ਿਕਰ ਕਰਨਾ ਜਿਹੜਾ ਅੱਲਾ ਦੀ ਰਹਿਮਤ ਨਾਜ਼ਿਲ ਤੁਹਾਡੇ ਸਾਹਮਣੇ ਵੀ ਗੱਲਾਂ ਕੀਤੀਆਂ ਅਸਲ ਕੋਈ ਅਸੀਂ ਗੱਲ ਹੋਰ ਕੋਈ ਨਹੀਂ ਕੀਤੀ ਕੋਈ ਅਗਰ ਹੈ ਸਾਡੀ ਸਲਾਹ ਕੱਢ ਵੀ ਅਸੀਂ ਤੁਹਾਡੇ ਮਸ਼ਕੂਰ ਹੋਵਾਂਗੇ ਅਗਰ ਕੋਈ ਮਤਲਬ ਐਸੀ ਬਾਤ ਹੈ ਤਾਂ ਸਾਨੂੰ ਦੱਸੋ ਅਸੀਂ ਛੋੜ ਦਿਆਂਗੇ ਅੱਲਾਹ ਅਗਰ ਜੇ ਨਹੀਂ ਤਾਂ ਤੁਸੀਂ ਆਪਣਾ ਕੰਮ ਕਰਦੇ ਰਹੋ ਅਸੀਂ ਆਪਣਾ ਕਰਦੇ ਰਹੋ ਅਸੀਂ ਛੇੜਦੇ ਕੌਣ ਹੈ ਕਿਸੇ ਵੀ ਅਲਹਮਦੁਲਿਲਾ ਬਾਰ ਇਤਨੇ ਤਾਂ ਕੋਈ ਇਹਨਾਂ ਦੌੜੀਆਂ ਪਹਿਲਾਂ ਕੋਈ ਸੀ ਮੇਰੀ ਦੀ ਮਿਲਣੀ ਨਹੀਂ ਪਹਿਲਾਂ ਇਹਨਾਂ ਬੰਦਿਆਂ ਦੀਆਂ ਕਿਸੇ ਦੀ ਦਾੜੀ ਨਹੀਂ ਸੀ ਨਹੀਂ ਮੈਂ ਇਹਨੂੰ ਦੱਸ ਰਿਹਾ ਇਹ ਜਿਤਨੇ ਵੀ ਦੋਸਤ ਨਜ਼ਰ ਆ ਰਹੇ ਨਾ ਮੇਰੇ ਮਿਲਣੇ 'ਚ ਪਹਿਲਾਂ ਇਹ ਸੁਲਤਾਨ ਅਲੀ ਸਾਹਿਬ ਇੱਕ ਹੀ ਕੰਮ ਕਰਦੇ ਪਿਛਲੇ ਨਾ ਕਦੋਂ ਹਾਂਜੀ ਇਹ ਦੋਸਤ ਸਾਰੇ ਕਿਤੇ ਕੰਮ ਹਾਂਜੀ ਇੱਕ ਹੀ ਕੰਮ ਕਰਦੇ ਸਨ ਹਾਂਜੀ ਇਹ ਸਾਰੇ ਮਤਲਬ ਹੈ ਕਿ ਹੁਣ ਜ਼ਿਕਰ ਨਾ ਉਹਨਾਂ ਦੇ ਕਰਨਾ ਚਾਹੁੰਦੇ ਕਿ ਤੋਬਾ ਕਰ ਚੁੱਕੇ ਨੇ ਸਾਰੇ ਟੂਲ ਪਟੰਗ ਕਰਦੇ ਸਨ ਅੱਜ ਅੱਲਾਹ ਨੇ ਇਹਨਾਂ ਨੂੰ ਮੌਕਾ ਦਿੱਤਾ ਕਿ ਰੱਬ ਰੱਬ ਕਰ ਰਹੇ ਨੇ ਹੋਰ ਨੂੰ ਕੀ ਹੁਣ ਤੁਹਾਨੂੰ ਇਸਦੀ ਕਰਾਮਤ ਦੱਸੀ ਇਸਦੀ ਬੜੀ ਕਰਾਮਤ ਹੋਰ ਕੋਈ ਨਹੀਂ ਹੋ ਸਕਦੀ ਇਹ ਫੈਜ਼ਾਨ ਨਜ਼ਰ ਹੈ ਮਤਲਬ ਕੀ ਕਰਾਮਤ ਹੈ ਸਿਖਾ ਇਸ ਮੇਲ ਕੋ ਕਿਸ ਨੇ ਅਦਾ ਫਰਜ਼ੰਦੀ ਹਜ਼ਰਤ ਇਸਮਾਈਲ ਅਲੈਹਿਸਲਾਮ 7 ਸਾਲ ਦੀ ਉਮਰ ਹੈ ਤੇ ਆਪਣੇ ਬਾਪ ਨੂੰ ਕਹਿੰਦੇ ਨੇ ਇਹ ਮੇਰੇ ਬਾਪ ਇਹ ਕੁਰਾਨ ਮਜੀਦ ਤੇ ਕਹਿ ਰਿਹਾ ਇਹ ਮੇਰੇ ਬਾਪ ਕਿ ਮੇਰੇ ਹੱਥ ਬੰਨ ਲੈ ਔਰ ਆਪਣੇ ਅੱਖਾਂ ਦਾ ਪੱਟੀ ਬੰਨ ਲਵੋ ਤਾਂ ਕਿ ਤੁਹਾਨੂੰ ਅੱਲਾਹ ਦੇ ਮੇਰੇ ਰਸਤੇ ਵਿੱਚ ਕੁਰਬਾਨ ਕਰਨੇ ਤੁਹਾਨੂੰ ਤਰਸ ਨਾ ਆਵੇ ਨਾਮਾ ਇਕਬਾਲ ਕਹਿੰਦਾ ਵੀ ਇਹ ਕਿਹੜੀ ਕਿਤਾਬ ਪੜ੍ਹੀ ਸੀ ਕਿਹੜੇ ਕਾਲਜ ਪੜ੍ਹਿਆ ਹੋਇਆ ਨੇ ਮਾਇਆ ਕਿ ਨਹੀਂ ਇਹ ਫੈਜ਼ਾਨ ਨਜ਼ਰ ਥਾ ਨਾ ਮਕਤਬ ਕੀ ਕਰਾਮਤ ਥੀ ਸਿਫਾ ਇਸ ਮੀਲ ਕੋ ਕਿਸ ਨੇ ਅਦਾ ਇਹ ਹਜ਼ਰਤ ਇਸਮਾਇਲ ਇਬਰਾਹੀਮ ਦਾ ਸਲਾਮ ਦੀ ਨਗਾਹ ਪਾਕ ਦਾ ਅਸਰ ਸੀ 5-7 ਸਾਲ ਦਾ ਬੱਚਾ ਇਹ ਲਫ਼ਜ਼ ਕਹਿ ਰਿਹਾ ਇਹ ਜੋ ਤੁਹਾਨੂੰ ਬੰਦੇ ਨਜ਼ਰ ਆ ਰਹੇ ਨੇ ਇਹ ਆਲਮ ਵੀ ਹੈ ਫਾਜ਼ਲ ਵੀ ਹੈ ਤੇ ਆਪ ਇਹਨਾਂ ਨੇ ਕਿਸੇ ਭਰਾ ਤਰ੍ਹਾਂ ਕਹਿਣ ਕੇ ਰੱਖੋ ਰਹੇ ਤੇ ਤੁਹਾਨੂੰ ਆਵਾਜ਼ ਅੱਲਾਹ ਦੀ ਆ ਗਈ آمین آمین اللہ خالق آمین